बस ਕੁਛੀ ਕਰਦੇ ਬਾਕੀ ਨੇ ਤੇ ਉਸ ਤੋਂ ਬਾਅਦ ਲੋਕ ਸਭਾ ਦੇ ਨਤੀਜੇ ਦਾ ਐਲਾਨ ਹੋ ਜਾਵੇਗਾ ਫਿਲਹਾਲ 12 ਵਜੇ ਤੱਕ ਦੀ ਗੱਲ ਕਰੀਏ ਤਾਂ ਉਦੋਂ ਤੱਕ ਕੁਝ ਸਥਿਤੀ ਜਿਹੜੀ ਹੈ ਸਪਸ਼ਟ ਉਹਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਐਨਡੀਏ ਨੇ ਹੁਣ ਤੱਕ 297 ਤੱਕ ਜਿਹੜੀਆਂ ਸੀਟਾਂ ਹਾਸਲ ਕਰ ਲਈ ਨੇ ਤੇ ਇੰਡੀਆ ਐਲਾਈਂਸ ਦੀ ਗੱਲ ਕਰੀਏ ਤਾਂ 228 ਤੇ ਨਹੀਂ ਤੇ ਅਦਰਸ ਜਿਹੜੇ ਨੇ 18 ਤੱਕ ਨੇ ਉੱਥੇ ਗੱਲ ਕਰੀਏ ਦਿੱਲੀ ਦੀ ਦੇ ਦਿੱਲੀ ਦੇ ਵਿੱਚ ਬੀਜੇਪੀ ਯੂਪੀ ਦੇ ਵਿੱਚ ਵੀ ਬੀਜੇਪੀ ਅੱਗੇ ਜਾ ਰਹੀ ਹੈ ਬਿਹਾਰ ਦੇ ਵਿੱਚ ਮੱਧ ਪ੍ਰਦੇਸ਼ ਰਾਜਸਥਾਨ ਝਾਰਖੜ ਇਹਨਾਂ ਸਾਰੇ ਦੇ ਵਿੱਚ ਬੀਜੇਪੀ ਜਿਹੜੀ ਹੈ ਅੱਗੇ ਜਾ ਰਹੀ ਹੈ ਹੁਣ ਗੱਲ ਦੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਅੱਗੇ ਜਾ ਰਹੀ ਹੈ ਗੁਜਰਾਤ ਦੇ ਵਿੱਚ ਫਿਰ ਬੀਜਪੀ ਤੇ ਪੱਛਮੀ ਬੰਗਾਲ ਦੇ ਵਿੱਚ ਟੀਐਮਸੀ ਜਿਹੜੀ ਹੈ ਉਹ ਅੱਗੇ ਵੱਧ ਰਹੀ ਹੈ ਮਨੀਪੁਰ ਦੇ ਵਿੱਚ ਕਾਂਗਰਸ ਮਹਾਰਾਸ਼ਟਰ ਦੇ ਵਿੱਚ ਵੀ ਕਾਂਗਰਸ ਤੇ ਤਾਮਿਲਨਾਡੂ ਤੇ ਕੇਰਲਾ ਦੇ ਵਿੱਚ ਵੀ ਕਾਂਗਰਸ ਪਾਰਟੀ ਹੈ ਅੱਗੇ ਵੱਧ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਬੀਜਪੀ ਅੱਗੇ ਜਾ ਰਹੀ ਹੈ ਸੋ ਇਹਨਾਂ ਸਭ ਨੂੰ ਦੇਖਦੇ ਹੋਏ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਸਬਦ ਲਈ ਇੱਕ ਮੀਟਿੰਗ ਰੱਖੀ ਹੈ ਸੋ 4 ਘੰਟੇ ਚੱਲੀ ਗਿਣਤੀ ਤੋਂ ਬਾਅਦ 12 ਵਜੇ ਤੱਕ ਲੋਕ ਸਭਾ ਚੋਣਾਂ ਦੀ ਤਸਵੀਰ ਜੋ ਹੈ ਸਪਸ਼ਟ ਹੋ ਗਈ ਹੈ 400 ਨੂੰ ਪਾਰ ਕਰਨ ਦਾ ਨਾਰਾ ਦੇਣ ਵਾਲੀ ਭਾਜਪਾ ਅਤੇ ਸਹਿਯੋਗੀ ਦਲਾਂ ਨੇ ਨਾਲ-ਨਾਲ 300 ਦੇ ਆਸ-ਪਾਸ ਹੀ ਸੀਮਿਤ ਨਜ਼ਰ ਆ ਰਹੀ ਹੈ ਦੁਪਹਿਰ 12 ਵਜੇ ਤੱਕ ਇੰਡੀਆ ਗੱਠਜੋੜ 226 ਸੀਟਾਂ ਤੇ ਅੱਗੇ ਹੈ ਇਸ ਨਾਲ ਭਾਰਤ ਗੱਠਜੋੜ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ ਸ਼ੁਰੂਆਤੀ ਰੁਝਾਲ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੀ ਮਾਂ ਸੋਨੀ ਗਾਂਧੀ ਦੀ ਰਾਇਸ ਤੇ ਪਹੁੰਚ ਚੁੱਕੇ ਨੇ ਇਸ ਤੋਂ ਬਾਅਦ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਮਿਲਣ ਵਾਸਤੇ ਪਹੁੰਚੇ ਨੇ ਰਾਹੁਲ ਗਾਂਧੀ ਵੀ ਉੱਥੇ ਮੌਜੂਦ ਨੇ ਸੋ ਇਹਨਾਂ ਸਾਬ ਦੀ ਮੀਟਿੰਗ ਹੋ ਰਹੀ ਹੈ ਇਸ ਮੀਟਿੰਗ ਤੋਂ ਬਾਅਦ ਕੀ ਫੈਸਲਾ ਲੈਂਦੇ ਫਿਲਹਾਲ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ